ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਝੋਨੇ ਦੀ ਪਨੀਰੀ ਜਾਂ ਅੱਗੇ ਜਾ ਕੇ ਤੁਸੀਂ ਬਾਸਮਤੀ ਦੀ ਪਨੀਰੀ ਲਾਉਣੀ ਲਾਉਣੀ ਆ ਕਿਉਂਕਿ ਝੋਨੇ ਦੀ ਪਨੀਰੀ ਦੇ ਵਿੱਚ ਜਿਹੜੀ ਆਪਾਂ ਕੋਈ ਆਪਣਾ ਘਾਟ ਰਹੇਗੀ ਉਹ ਆਪਾਂ ਜਾਂ ਕੋਈ ਆਪਣੀ ਅਣ ਗੋਲੀਆਂ ਆਪਾਂ ਕਿਸੇ ਗੱਲ ਨੂੰ ਕਰਤਾ ਆਪਣੀ ਕੋਈ ਨਗਲੀ ਰਹਿ ਗਈ ਤਾਂ ਉਹਨੂੰ ਆਪਾਂ ਬਾਸਮਤੀ ਦੀ ਪਨੀਰੀ ਦੇ ਵਿੱਚ ਨਾ ਕਰੀਏ ਜਾਂ ਸਿੱਧੀ ਬਿਜਾਈ ਦੇ ਵਿੱਚ ਵੀ ਇਹੀ ਸਪਰੇਆ ਆਪਣੇ ਕੰਮ ਆਉਂਦੀਆਂ ਜਿਹੜੇ ਕਿਸਾਨ ਵੀਰਾਂ ਨੇ ਸਿੱਧੀ ਬਿਜਾਈ ਕਰਨੀ ਹੈ ਜਾਂ ਕੀਤੀ ਹੈ ਕਿਉਂਕਿ ਇੱਕ ਦੋ ਘਾਟਾਂ ਹੀ ਆਉਂਦੀਆਂ ਨੇ ਆਮ ਤੌਰ ਤੇ ਕਿਸਾਨ ਵੀਰ ਕੀ ਹੈ ਕਈ ਵਾਰ ਕੋਈ ਮਿਕਸਚਰ ਕੋਈ ਗਰੋਥ ਰੈਗੂਲੇਟਰ ਪ੍ਰਮੋਟਰ ਵਗੈਰਾ ਇਸ ਤਰ੍ਹਾਂ ਦੀ ਸਪਰੇ ਕਰ ਦਿੰਦੇ ਆ ਤੇ ਅੱਗੇ ਜਾ ਕੇ ਜਦੋਂ ਆਪਾਂ ਪਨੀਰੀ ਪੁੱਟ ਕੇ ਖੇਤ ਦੇ ਵਿੱਚ ਲਾਉਣੀ ਹੈ ਤਾਂ ਫਿਰ ਜੇ ਉਹ ਘਾਟ ਪਹਿਲਾਂ ਬੂਟਿਆਂ ਦੇ ਵਿੱਚ ਹੈਗੀ ਤਾਂ ਮਗਰੋਂ ਜਦੋਂ ਆਪਾਂ ਪੁੱਟ ਕੇ ਖੇਤ ਦੇ ਵਿੱਚ ਪਨੀਰੀ ਲਾਉਣੀ ਤਾਂ ਉਹੀ ਘਾਟ ਸ਼ੁਰੂ ਤੋਂ ਹੀ ਫਿਰ ਬੂਟਿਆਂ ਦੇ ਵਿੱਚ ਰਹਿੰਦੀ ਹੈ ਤੇ ਜਲਦੀ ਪਨੀਰੀ ਫਿਰ ਚਲਦੀ ਨਹੀਂ ਹੈਗੀ ਇਸ ਗੱਲ ਦਾ ਇਸ ਨੁਕਤੇ ਦਾ ਜਿਹੜਾ ਆਪਾਂ ਖਾਸ ਤੌਰ ਤੇ ਧਿਆਨ ਰੱਖਣਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰਟ ਬਟਨ ਦਬੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਕਿਰਪਾ ਕਰਕੇ ਵੀਡੀਓ ਪੂਰੀ ਸੁਣ ਲਿਆ ਕਰੋ ਅੱਗੇ ਹੋਰ ਕਿਸਾਨ ਵੀਰਾਂ ਤੱਕ ਪਹੁੰਚਦੀ ਕਰਦਿਆ ਕਰੋ ਤਾਂ ਕਿ ਕਿਸਾਨ ਵੀਰ ਵੱਧੂ ਖਰ ਜਿਹੜੀ ਆਪਣੀ ਪਨੀਰੀ ਦੇ ਵਿੱਚ ਘਾਟ ਆ ਉਹੀ ਆਪਾਂ ਸਪਰੇਅ ਕਰਨੀ ਆ ਸਸਤੀਆਂ ਸਪਰੇਆਂ ਨੇ ਤੇ 2 ਤੋਂ 3 ਸਪਰੇਆਂ ਆਪਾਂ ਕਰ ਲਈਏ ਤਾਂ ਪਨੀਰੀ ਦੇ ਬੂਟੇ ਸੁੱਕਣੇ ਪੀਲੇ ਪੈਣੇ ਜੰਗਾਲੇ ਹੋਣੇ ਚਿੱਟੇ ਹੋਣੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਊ ਪਹਿਲੀ ਸਪਰੇਅ ਜਦੋਂ ਕਰੋਗੇ ਤੁਸੀਂ ਤੀਜੇ ਚੌਥੇ ਦਿਨ ਤੁਹਾਨੂੰ ਤੀਜੇ ਦਿਨ ਤੱਕ ਜਿਹੜੇ ਹੈਗੇ ਬੂਟੇ ਹਰੇ ਭਰੇ ਹੋਣੇ ਸ਼ੁਰੂ ਹੋ ਜਾਣਗੇ growth ਸ਼ੁਰੂ ਹੋ ਜਾਊਗੀ ਦੋ ਨੌਕਸ ਆਉਂਦੇ ਆ ਮੁੱਖ ਤੌਰ ਤੇ ਪਨੀਰੀ ਦੇ ਇੱਕ ਮੈਂ ਉਸ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਾਂਗੇ ਜਿਹੜੇ ਕਿਸਾਨ ਵੀਰਾਂ ਦੀ ਪਨੀਰੀ ਆ ਜਿਹੜੀ ਉਹ 12 ਤੋਂ 15 ਦਿਨ ਦੀ ਹੋ ਚੁੱਕੀ ਆ ਤਾਂ ਉਹ ਜਿਹੜੀ ਦੂਜੀ ਯੂਰੀਆ ਦੀ ਕਿਸ਼ਤ 26 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦਿਓ ਮੰਨ ਲਓ 3 3.5 ਕਿਲੋ ਪ੍ਰਤੀ ਕਨਾਲ ਜਿਹੜੀ ਯੂਰੀਆ ਦੀ ਦੂਜੀ ਕਿਸ਼ਤ ਤੁਸੀਂ ਪਾ ਦਿਓ ਜਿੱਥੇ ਕੋਈ ਨਦੀਨ ਨਾਸ਼ਕ ਨਦੀਨ ਵਗੈਰਾ ਹੈਗੇ ਆ ਪਨੀਰੀ ਥੋੜੀ 15 20 ਦਿਨ ਦੀ ਹੋ ਗਈ 10 ਦਿਨ ਤੇ ਜਾ ਕੇ ਕੋਈ ਨਦੀਨ ਨਾਸ਼ਕ ਵਾਲੀ ਸਪਰੇ ਨਹੀਂ ਆਪਾਂ ਕਰਨੀ 7 ਦਿਨ ਤੇ ਜਾਂਦਾ ਪੈਂਦੀ ਹੁੰਦੀ ਬੂਟਾ ਕਲੋਰ ਜਾਂ ਪਨੀਰੀ ਬਿਜਾਈ ਤੋਂ ਤੀਜੇ ਦਿਨ ਸੇਫਨਰ ਦਵਾਈ ਇਹ 7ਵੇਂ ਦਿਨ ਜਾ ਕੇ ਬੂਟਾ ਕਲੋਰ ਪਾਉਣੀ ਹੁੰਦੀ ਆਪਾਂ ਉਦੋਂ ਬਾਅਦ ਫਿਰ ਜੇ ਨਦੀਨ ਆਪਣੇ ਖੇਤ ਚ ਰਹਿ ਗਏ ਤਾਂ ਫਿਰ ਆਪਾਂ ਹੋਰ ਕੋਈ ਕਿਸੇ ਕਿਸਮ ਦੀ ਗੈਰ ਸਫਾਰਸ਼ੀ ਨਦੀਨ ਨਾਸ਼ਕ ਵਿੱਚ ਨਹੀਂ ਪਾਉਣੀ ਆਪਾਂ ਕਈ ਵਾਰ ਪਾਣੀ ਖੜਾ ਕਰਕੇ ਵਿੱਚ ਪਾ ਦਨੇ ਉਹਦੇ ਨਾਲ ਵੀ ਬੂਟਿਆਂ ਨੂੰ ਨੁਕਸਾਨ ਹੁੰਦਾ ਫਿਰ ਆਪਾਂ 15-20 ਦਿਨ ਤੇ ਜਾ ਕੇ ਨੋਵਿਨੀ ਗੋਲਡ ਦੀ ਸਪਰੇਅ ਕਰਨੀ ਹੈ 100 ml ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਤੇ ਜਿਹੜੀ ਮੈਂ ਗੱਲ ਕਰ ਰਿਹਾ ਘਾਟਾਂ ਦੀ ਮੁੱਖ ਤੌਰ ਤੇ ਘਾਟ ਆਉਂਦੀ ਲੋਹਾ ਤੱਤ ਦੀ ਤੇ ਇਸ ਤੋਂ ਇਲਾਵਾ ਮਤਲਬ ਦੋਵੇਂ ਘਾਟਾਂ ਲੋਹਾ ਅਤੇ ਜ਼ਿੰਕ ਦੋਗੀਆਂ ਦੇ ਵਿੱਚ ਹੀ ਆਉਂਦੀ ਆ ਧੋੜੀਆਂ ਚ ਆਉਂਦੀ ਆ ਬੂਟੇ ਜਿਹੜੇ ਹੈਗੇ ਆ ਦੋਹਾਂ ਦੇ ਵਿੱਚ ਹੀ ਸੁੱਕਦੇ ਆ ਜਿਹੜੀ ਲੋਹਾ ਤੱਤ ਦੀ ਘਾਟ ਆ ਉਹ ਚ ਪਹਿਲਾਂ ਬੂਟੇ ਜਿਹੜੇ ਹੈਗੇ ਨਵੇਂ ਪੱਤੇ ਪੀਲੇ ਪੈਣੇ ਸ਼ੁਰੂ ਹੁੰਦੇ ਆ ਉਦੋਂ ਬਾਅਦ ਕਈ ਵਾਰ ਚਿੱਟੇ ਵੀ ਹੋ ਜਾਂਦੇ ਬੂਟੇ ਸੁੱਕ ਜਾਂਦੇ ਮਗਰੋਂ ਜਾ ਕੇ ਜਿਹੜੀ ਹੈਗੀ ਜ਼ਿੰਕ ਦੀ ਘਾਟ ਉਹਦੇ ਵਿੱਚ ਜਿਹੜੇ ਪੁਰਾਣੇ ਪੱਤੇ ਆ ਲੋਹਾ ਤੱਤ ਦੇ ਵਿੱਚ ਨਵੇਂ ਪੱਤੇ ਜਿਹੜੇ ਹੈਗੇ ਆ ਉਹ ਪੀਲੇ ਹੁੰਦੇ ਆ ਚਿੱਟੇ ਹੁੰਦੇ ਆ ਬੂਟਾ ਸਾਰਾ ਪੀਲਾਪਨ ਦਿਖਾਉਂਦਾ ਦੋਗੀਆਂ 'ਚ ਜਿਹੜੀ ਹੈਗੀ ਆ ਜ਼ਿੰਕ ਤੱਤੀ ਘਾਟ ਉਹ 'ਚ ਪੁਰਾਣੇ ਪੱਤੇ ਜਿਹੜੇ ਥੱਲੇ ਵਾਲੇ ਪੱਤੇ ਉਹ ਜੰਗਾਲੇ ਹੁੰਦੇ ਆ ਤੇ ਬੂਟੇ ਵਾਧਦੇ ਨਹੀਂਗੇ ਸੁੱਕਣ ਲੱਗ ਪੈਂਦੇ ਦੋਗੀਆਂ ਦੇ ਵਿੱਚ ਇਹ ਜ਼ਿੰਕ ਤੱਤ ਦੀ ਘਾਟ ਹੈ ਤੇ ਇਹਦੇ ਵਾਸਤੇ ਆਪਾਂ ਜਿਹੜੀ ਸਪਰੇਅ ਵਰਤਣੀ ਆ ਦੋ ਤੋਂ ਤਿੰਨ ਸਪਰੇਅ ਕਰਨੇ ਆ ਲੋਹਾ ਤੱਤ ਆ ਜਿਹੜਾ ਫੈਰ ਸਲਫੇਟ 19% ਵਰਤਣਾ ਹੈ ਕੁਝ ਕਿਸਾਨ ਵੀਰ ਆ ਜਿਹੜੇ ਉਹ ਚਲੇਟਡ ਵਰਤ ਲੈਂਦੇ ਆ ਉਹਨਾਂ ਦੀ ਮਾਤਰਾ ਵੀ ਘਟ ਪੈਂਦੀ ਕਈ ਵਾਰ ਸਪਰੇਅ ਡ੍ਰਿਫਟ ਵੀ ਹੋ ਜਾਂਦੀ ਇੱਧਰ ਉੱਧਰ ਜਿਹੜੀ ਹੈਗੀ ਸਪਰੇਅ ਉੱਡ ਜਾਂਦੀ ਸ਼ਿਫਟ ਹੋ ਜਾਂਦੀ ਪੱਤਿਆਂ ਦੇ ਉੱਤੇ ਪੂਰੀ ਤਰ੍ਹਾਂ ਨਹੀਂ ਪੈਂਦੀ ਇੱਕ ਉਹਦੀ ਡੋਜ਼ ਘੱਟ ਹੁੰਦੀ ਹੈ ਮਾਤਰਾ ਘੱਟ ਹੁੰਦੀ ਹੈ ਤਾਂ ਇਹਦੇ ਕਰਕੇ ਕਈ ਵਾਰ ਉਹਦਾ ਪੂਰਾ ਰਿਜ਼ਲਟ ਨਹੀਂ ਮਿਲਦਾ ਫੈਰ ਸਲਫੇਟ 19% ਵਰਤਣੀ ਆ ਅੱਧੇ ਤੋਂ 1% ਜਿਹੜਾ ਘੋਲ ਆਪਾਂ ਵਰਤਣਾ 5 ਗ੍ਰਾਮ ਤੋਂ 10 ਗ੍ਰਾਮ ਪ੍ਰਤੀ ਲੀਟਰ ਪਾਣੀ 5 ਤੋਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਫੈਰ ਸਲਫੇਟ 19% ਤੇ ਇੱਕ ਕਨਾਲ ਮਾਰਗ ਜੇ ਆਪਾਂ ਕਹਿ ਲਈਏ 12-13 ਕਿਲੋ ਲੀਟਰ ਪਾਣੀ ਸਪਰੇਅ ਦਾ ਲੱਗਦਾ ਹੁੰਦਾ ਤਾਂ 120 ਤੋਂ 130 ਗ੍ਰਾਮ ਤੱਕ ਜਾਂ 150 ਗ੍ਰਾਮ ਤੱਕ ਵੱਧ ਤੋਂ ਵੱਧ ਤੁਸੀਂ ਪਾ ਸਕਦੇ ਆ। ਇਹਦੀ ਸਪਰੇਅ ਦੋ ਤੋਂ ਤਿੰਨ ਸਪ੍ਰੇਆਂ ਕਰੋਗੇ ਪਨੀਰੀ ਥੋੜੀ ਹਰੀ-ਪਰੀ ਹੋ ਜੂਗੀ। ਫਿਰ ਤੁਸੀਂ ਭਰਮੇ ਪਾਣੀ ਲਾ ਸਕਦੇ ਆ। ਭਰਮੇ ਪਾਣੀ ਲਾਉਣ ਦੇ ਨਾਲ ਵੀ ਜਿਹੜਾ ਲੋਹਾ ਤੱਤੀ ਘਾਟ ਦੂਰ ਹੁੰਦੀ ਹੈ। ਦਿਨ ਵੇਲੇ ਖੇਤ 'ਚ ਪਾਣੀ ਨਾ ਖੜਾ ਹੋਵੇ। ਸਵੇਰ-ਸ਼ਾਮ ਜਦੋਂ ਵੀ ਜਿਹੜਾ ਹੈਗਾ ਤੁਹਾਨੂੰ ਅਵੇਲੇਬਲ ਹੁੰਦਾ ਪਾਣੀ ਉਦੋਂ ਪਾਣੀ ਲਾਓ। ਦਿਨ ਵੇਲੇ ਖੇਤ 'ਚ ਪਰ ਪਾਣੀ ਨਾ ਖੜਾ ਹੋਵੇ ਦਿਨ ਵੇਲੇ ਆਪ ਜਾਦਾ ਖੜਾ ਤਪਣੀ ਦੀ ਜਿੰਕ ਤੱਤ ਵਾਸਤੇ ਵੀ ਆਪਾਂ ਜਿਹੜਾ ਹੈਗਾ ਅੱਧਾ ਪਰਸੈਂਟ ਕੋਲ ਮੰਨ ਲਓ 21% ਜਿੰਕ ਸਲਫੇਟ ਵਰਤਣੀ ਹੈ ਜਾਂ 33% ਵਰਤ ਸਕਦੇ ਆ 21% ਹੈ ਜਿਹੜੀ ਉਹ 5 ਗ੍ਰਾਮ ਪ੍ਰਤੀ ਲੀਟਰ ਪਾਣੀ ਤੇ ਜੇ 33% ਆ ਤਾਂ 3 ਗ੍ਰਾਮ ਪ੍ਰਤੀ ਲੀਟਰ ਪਾਣੀ ਇਹ ਆਪਾਂ ਸਪਰੇਅ ਕਰਨੀ ਹੈ ਤਾਂ ਇਹਦੇ ਨਾਲ ਜਿਹੜਾ ਜਿੰਕ ਤੱਤ ਲੋਹਾ ਤਾਦੀ ਘਾੜ ਦੂਰ ਹੋ ਜੂ ਇਕਠੀਆਂ ਕਰ ਰਹੀਆਂ ਵੱਖਰੀ ਵੱਖਰੀ ਢੋਲ ਕੇ ਮੌਕੇ ਤੇ ਪੰਪ ਦੇ ਵਿੱਚ ਪਾ ਕੇ ਉਹਦੀ ਸਪਰੇਅ ਕਰ ਸਕਦੇ ਆ ਦੋ ਤੋਂ ਤਿੰਨ ਸਪਰੇਆਂ 5 ਤੋਂ 6 ਦਿਨ 7 ਦਿਨ ਦੇ ਗੈਪ ਤੇ ਉੱਤੇ ਤੁਸੀਂ ਕਰੋਗੇ ਤਾਂ ਪਨੀਰੀ ਦਾ ਵਾਧਾ ਨਹੀਂ ਰਹੂਗਾ ਪਨੀਰੀ ਦੀ ਗ੍ਰੋਥ ਬਹੁਤ ਵਧੀਆ ਹੋਊਗੀ ਪਨੀਰੀ ਪੁੱਟ ਕੇ ਜਦੋਂ ਖੇਤ ਚਲਾਓਗੇ ਉਦੋਂ ਵੀ ਤਰੰਤ ਜੜੀ ਚੱਲੂਗੀ ਕਿਉਂਕਿ ਉਹਨਾਂ ਦੀ ਘਾਟ ਆ ਜਿਹੜੀ ਉਹ ਪੂਰੀ ਹੋਈ ਹੋ ਜੇ ਤੁਸੀਂ ਹੋਰ ਕੋਈ ਗ੍ਰੋਥ ਪ੍ਰਮੋਟਰ ਜਾਂ ਕੋਈ ਮਿਕਸਚਰ ਸਪਰੇਅ ਕਰਕੇ ਪਨੀਰੀ ਹਰੀ ਕਰੀ ਹੋਈ ਉਹ ਘਾਟ ਨਹੀਂ ਪੂਰੀ ਕੀਤੀ ਕੇਰਾ ਚਲਾ ਲਈ ਫੇਰ ਉਹ ਝਕਾਟ ਆਊਗੀ ਜੇ ਤੁਸੀਂ ਪੁੱਟ ਕੇ ਲਾਉਂਗੇ ਇਹ ਆਪਾਂ ਇਸ ਗੱਲ ਦਾ ਖਿਆਲ ਰੱਖਣਾ ਤੇ ਜੇ ਸਾਰਾ ਖੇਤ ਪੀਲਾ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਾਇਆ ਕਿ 12 ਤੋਂ 15 ਦਿਨ ਦੀ ਪਨੀਰੀ ਸਾਰਾ ਖੇਤ ਤੁਹਾਨੂੰ ਪੀਲਾ ਪਣ ਨਜ਼ਰ ਆਉਂਦਾ ਹਲਕਾ ਹਲਕਾ ਤਾਂ ਫੇਰ ਤੁਸੀਂ ਉਹਦੇ ਵਿੱਚ ਯੂਰੀਆ ਦੀ ਡੋਜ਼ ਦੂਜੀ 12 ਤੋਂ 15 ਦਿਨ ਤੇ ਜ਼ਰੂਰ ਪਾਓ ਜੇ ਪਨੀਰੀ ਥੋੜੀ ਤੁਹਾਨੂੰ ਲੱਗਦਾ ਕਿ 40 ਦਿਨ ਦੀ ਆਪਾਂ ਨੂੰ ਹੀ ਲਾਉਣੀ ਆ ਆਪਾਂ ਜਾਂ ਲਾਉਣ ਵਾਲੀ ਹੋਊਗੀ 40 ਦਿਨ ਤੱਕ ਜਾਂ 45 ਦਿਨ ਤੱਕ ਫੇਰ ਤੁਸੀਂ 26 27 ਦਿਨ ਤੇ ਜਾ ਕੇ ਫੇਰ ਇੱਕ ਯੂਰੀਆ ਦੀ ਕਿਸ਼ਤ ਪਾਉਣੀ ਹੈ ਹੋਰ ਕੋਈ ਸਵਾਲ ਹੋਵੇ ਸੁਝਾਵੇ ਜ਼ਰੂਰ